بسم اللہ الرحمن الرحیم تمام دوست میرے بھائی میرے چاہنے والے سب دوستاں نو میری طرفوں اسلام علیکم امید ہے کہ سب دوست میرے بھائی میرے چاہنے والے بالکل ٹھیک ٹھاک ہوں گے تو بھائی میرے پشاور شہر دا ڈرا ہے 752 چھپن ڈرا پلے کرنا ہے پشاور شہر دا ڈرا ہے سال دی دوسری پٹی تے پن ڈرا پلے کرنا ہے بھائی میرے 17 ਤਰੀਕ ਚੌਥਾ ਮਹੀਨਾ ਸੰ 2023 ਨੂੰ ਇਹ ਡਰਾਪ ਹੋਣਾ ਹੈ ਤੇ ਮੈਂ ਆਪਣੇ ਦੋਸਤਾਂ ਦੇ ਅੱਗੇ ਰਿਕੁਐਸਟ ਵੀ ਕੀਤੀ ਹੋਈ ਹੈ ਕਿ ਮੇਰੀ ਰੂਟੀਨ ਅੱਛੀ ਲੱਗੇ ਨਾ ਪਸੰਦ ਆਵੇ ਮੇਰੇ ਦੋਸਤਾਂ ਮੇਰੇ ਭਾਈਆਂ ਨੂੰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇਜ ਨੂੰ ਫਾਲੋ ਕਰ ਲਓ ਤਾਂ ਕਿ ਸਾਡੀ ਨਵੀਂ ਵੀਡੀਓ ਆਵੇ ਮੇਰੇ ਦੋਸਤ ਮੇਰੇ ਭਾਈਆਂ ਤੱਕ ਜਲਦ ਤੋਂ ਜਲਦ ਪਹੁੰਚੇ ਤੇ ਜੋ ਦੋਸਤ ਗਰੁੱਪਾਂ 'ਚ ਸ਼ੇਅਰ ਕਰਨਾ ਜਾਣਦਾ ਹੈ ਨਾ ਮੇਰੀ ਵੀਡੀਓ لازਮੀ ਸ਼ੇਅਰ ਕਰੇ ਮੇਰੇ ਦੋਸਤ ਮੇਰੇ ਭਾਈ ਅੱਜ ਦੇ ਰੁਟੀਨ ਵਿੱਚ ਆਪਣੇ ਦੋਸਤਾਂ ਦੇ ਨਾਲ ਬੜੀ ਪਿਆਰੀ ਬਹੁਤ ਹੀ ਜ਼ਬਰਦਸਤ ਸ਼ੇਅਰ ਕਰਨੀ ਇਨਸ਼ਾਅੱਲਾ ਮੇਰੇ ਦੋਸਤਾਂ ਨੂੰ ਪਸੰਦ ਆਸੀ ਐ ਭਾਈ ਮੇਰੇ ਪਸ਼ਾਵਰ ਸ਼ੇਅਰ ਦਾ ਡਰਾ ਹੈ 750 ਬੌਂਡ ਚ ਸਿੰਗਲ ਪੈਕਟ ਆਪਣੇ ਦੋਸਤਾਂ ਦੇ ਨਾਲ ਮੈਂ ਸ਼ੇਅਰ ਕਰਨੀ ਹੈ ਸਿੰਗਲ ਪੈਕਟ ਪੈਕਟ ਇਸ ਤਰ੍ਹਾਂ ਲੱਗਦੀ ਆ ਰਹੀ ਹੈ ਭਾਈ ਮੇਰੇ ਤੀਸਰੇ ਹੱਧੇ ਰੁਟੀਨ ਹੈ ਮੈਂ ਪਹਿਲੇ ਵੀ ਮੇਰੇ ਦੋਸਤਾਂ ਨੂੰ ਪਤਾ ਹੈ ਕਿ ਮੈਂ ਫੋਕਸ ਜ਼ਿਆਦਾ ਤੀਸਰੇ ਹੱਧੇ ਸੈੱਟ ਨੂੰ ਕਰਨਾ ਕਿਉਂਕਿ ਮੈਨੂੰ ਤੀਸਰੇ ਅਧਿਆ ਸੈੱਟ ਨੇ ਕਾਫੀ ਦਫਾ ਨਾਮ ਦਿੱਤਾ ਔਰ ਅੱਛੇ ਤਰੀਕੇ ਨਾਲ ਲੱਗਿਆ ਹੈ ਤੇ ਮੈਂ ਆਪਣੇ ਦੋਸਤਾਂ ਦੇ ਨਾਲ ਨਾ ਅੱਜ ਦੀ ਰੁਟੀਨ ਸ਼ੇਅਰ ਕਰਨਾ ਐ ਭਾਈ ਮੇਰੇ ਸਾਡੇ 700 ਬੌਂਡ ਬੌਂਡ ਟੂ ਬੌਂਡ ਦੀ ਰੁਟੀਨ ਹੈ ਭਾਈ ਮੇਰੇ ਤੇ ਸੈੱਟ ਤਿੰਨ ਵਾਰੀ ਲੱਗਿਆ ਖੜਾ ਦੋ ਵਾਰੀ ਪਿਛਾ ਲੱਗ ਚੁਕਿਆ ਹੈ ਤੀਸਰੇ ਹੱਥ ਅੱਜ ਪਿਆ ਹੈ ਇੱਥੇ ਆਪਾਂ ਡਰਾਪ ਲੇ ਕਰਨਾ ਹੈ ਭਾਈ ਮੇਰੇ ਐ ਭਾਈ ਮੇਰੇ ਨਾ 94 ਦੀ ਮਿਡਲ ਆਕੜਾ 94 ਦਾ ਪਹਿਲੀ ਵਾਰ ਲੱਗਿਆ ਸਨ 2000 2 ਦੇ ਵਿੱਚ 94 ਦਾ ਆਕੜਾ ਮਿਡਲ ਫਿਰ ਆ ਕੇ ਭਾਈ ਮੇਰੇ ਸਨ 2017 ਦੀ ਪਹਿਲੀ ਪੱਟੀ ਤੇ 94 ਮਿਡਲ ਆਕੜਾ ਲੱਗਿਆ ਦੂਸਰੀ ਦਫਾ 494 ਦੀ ਪੈਕਟ 94 ਮਿਡਲ ਆਕੜਾ ਓਪਨ ਛੱਡ ਕੇ ਮਿਡਲ ਆਕੜਾ 94 ਦਾ ਅੱਜ ਤੀਸਰੀ ਦਫਾ ਮਿਡਲ ਆਕੜਾ 94 ਦਾ ਲੱਗ ਚੁਕਿਆ 39 4 ਦੀ ਪੈਕਟ ਹੈ ਭਾਈ ਮੇਰੇ ਇਹ 94 ਮਿਡਲ ਲੱਗ ਚੁਕੀ ਹੈ ਆਪਾਂ ਭਾਈ ਮੇਰੇ ਥੱਲੇ ਡਰਾ ਇੱਥੇ ਪਲੇ ਕਰਨਾ ਹੈ ਤਾਂ ਮੈਂ ਆਪਣੇ ਦੋਸਤਾਂ ਦੇ ਨਾਲ ਨਾ ਸਿੰਗਲ ਪੈਕਟ ਸ਼ੇਅਰ ਕਰਨੀ ਹੈ ਤਵੱਜੂ ਕਰਿਆ ਜੇ ਭਾਈ ਮੇਰੇ ਬੜੇ ਅੱਛੇ ਤਰੀਕੇ ਨਾਲ ਬਹੁਤ ਹੀ ਪਿਆਰੇ ਸੈੱਟ ਦੇ ਮੁਤਾਬਕ ਲੱਗ ਰਹੀ ਹੈ ਇਹ ਭਾਈ ਮੇਰੇ ਜਦੋਂ ਸਭ ਤੋਂ ਪਹਿਲੇ ਇਹ 94 ਲੱਗਿਆ ਨਾ ਤੇ ਇਹਦੀ ਆਪਾਂ ਸੇਮ ਡੇਟ ਤੇ ਡਰਾ ਕਰਨਾ ਸੀ ਇਨੇ 40 ਦਾ ਆਕੜਾ ਲਾਇਆ ਹੈ ਫਿਰ ਆ ਕੇ 94 ਲੱਗੀ ਪਈ ਮੇਰੇ ਇਹਦੇ ਆਪਾਂ ਸੇਮ ਡੇਟ ਤੇ ਡਰਾ ਕਰਨਾ ਸੀ ਇਹਨੇ ਆਕੜਾ 15 ਦਾ ਲਾਇਆ ਹੈ ਅੱਜ ਭਈ ਮੇਰੇ ਫਿਰ 94 ਲੱਗ ਚੁਕੀ ਹੈ ਇੱਥੇ ਆਪਾਂ ਡਰਾ ਪਲੇ ਕਰਨੇ ਤੇ ਪਿਛਾਂ ਇੱਕ ਕਿਸ ਤਰੀਕੇ ਨਾਲ ਲੱਗੇ ਨੇ ਇਹ ਚੀਜ਼ ਮੈਂ ਆਪਣੇ ਦੋਸਤਾਂ ਨੂੰ ਸਮਝਾਣਾ ਐ ਭਈ ਮੇਰੇ ਸਭ ਤੋਂ ਪਹਿਲੇ 94 ਲੱਗੀ ਹੈ ਨਾ ਇਹਦੀ ਆਪਾਂ ਸੇਮ ਡੇਟ ਤੇ ਡਰਾ ਕਰਨਾ ਸੀ ਤੇ ਦੇ ਉੱਤੇ ਇੱਕ ক্লোਜ਼ ਪਿਆ ਸੀ ক্লোਜ਼ ਤੇ ਸੈਂਟਰ ਆਪ ਲੈਣਾ ਭਈ ਮੇਰੇ ਅੱਜ ਜਿੱਥੇ ਆਪਾਂ ਡਰਾ ਕਰਨਾ ਨਾ ਸੇਮ ਪੱਟੀ ਤੇ ਇਹਦੀ ਉਤਲੀ ਪੱਟੀ ਦਾ ਆਪਾਂ ਭਾਈ ਮੇਰੇ ক্লোਜ਼ ਤੇ ਸੈਂਟਰ ਲੈਣਾ ਹੈ ਇਹ ক্লোਜ਼ ਦਾ ਕਰ ਓਪਨ ਸੈਂਟਰ ਦਾ ਕਰ ক্লোਜ਼ ਇਹ ক্লোਜ਼ ਦਾ ਕਰ ਓਪਨ ਸੈਂਟਰ ਦਾ ਕਰ ক্লোਜ਼ ਇਹਨੇ 40 ਦਾ ਅਕੜਾ ਲਾ ਦਿੱਤਾ ਐਂ 9 ਸੀ 9 ਦਾ ਘਰ ਚਾਰ ਓਪਨ ਲੱਗਣਾ ਸੀ 5 ਦਾ ਘਰ 0 ক্লোਜ਼ ਲੱਗਣਾ ਸੀ ਤੇ ਇਹਨੇ 40 ਦਾ ਅਕੜਾ ਪਹਿਲੀ ਦਫਾ ਲਾਇਆ ਹੈ ਭਾਈ ਫਿਰ ਆ ਕੇ 94 ਇਹ ਲੱਗੀ ਪਈ ਮੇਰੇ ਤਾਂ ਪੈਂਦੀ ਸੇਮ ਡੇਟ ਤੇ ਡਰਾ ਕਰਨਾ ਸੀ ਉੱਥੇ ਪਈ ਮੇਰੇ ক্লোਜ਼ ਪਿਆ ਸੀ 6 ਦਾ 6 ਦਾ ਕਰ ਇੱਕ ਇਕੱਲਾ ਓਪਨ ਲੱਗਣਾ ਸੀ ਔਰ ਸੈਂਟਰ 0 ਦਾ ਸੀ 0 ਦਾ ਕਰ 5 ਇਕੱਲਾ ক্লোਜ਼ ਲੱਗਣਾ ਸੀ ਇਹਨੇ ਭਾਈ ਮੇਰੇ 15 ਦਾ ਅਕੜਾ ਪਲੇ ਕਰਤਾ ਫਿਰ ਆ ਕੇ ਭਾਈ ਮੇਰੇ ਅੱਜ ਇਹ ਲੱਗ ਚੁੱਕਿਆ 94 ਸੇਮ ਡੇਟ ਤੇ ਪੜਾ ਕਰਨਾ ਇਹਦੇ ਉੱਤੇ ਪਈ ਮੇਰੇ ਇੱਕ ক্লোਜ਼ ਪਿਆ 2 ਦਾ 2 ਦਾ ਕਰ 7 ਇਹ 4 ਦਾ ਕਰ 9 ਕਹਿੰਦਾ ਸਿੰਗਲ ਇਥੇ 79 ਦਾ ਅਕੜਾ ਪਲੇ ਕਰੋ ਸਿੰਗਲ 79 ਦਾ ਅਕੜਾ ਪਲੇ ਕਰੋ ਇਹ ਰੂਟੀਨ ਦੇ ਮੁਤਾਬਕ ਨਾ ਭਾਈ ਮੇਰੇ ਸਿੰਗਲ ਆਕੜਾ 79 ਦਾ ਨਿਕਲਿਆ ਹੈ ਔਰ ਸੈਂਟਰ ਕਿਸ ਤਰ੍ਹਾਂ ਲੱਗਦਾ ਆਂਦਾ ਹੈ ਇਹ ਵੀ ਮੈਂ ਆਪਣੇ ਦੋਸਤਾਂ ਨੂੰ ਵਿਖਾ ਦੇਵਾਂ ਇਹ ਭਾਈ ਮੇਰੇ ਜਦੋਂ 94 ਲੱਗੀ ਨਾ ਬਸ ਇਥੇ ਡਰਾ ਕਰਨਾ ਸੀ ਇਹ ਵੇਖੋ ਭਾਈ ਮੇਰੇ ਇਸ ਸੈੱਟ ਨੇ ਲੱਗਣਾ ਸੀ ਤੇ ਇਹ ਸੇਮ ਡੇਟ ਤੇ ਉੱਥੇ ਪਾਸ ਜਦੋਂ ਵੇਖਣਾ ਸੀ ਤੇ ਇਹ ਉਥਲੇ ਦਾ ক্লোਜ਼ ਦਾ ਘਰ ਓਪਨ ਲੱਗਣਾ ਸੀ ਫਿਰ ਸੈਂਟਰ ਦਾ ਘਰ ক্লোਜ਼ ਲੱਗਣਾ ਸੀ ਇਹ ਇੱਕ ਦਫਾ ਹੋ ਗਿਆ ਭਾਈ ਮੇਰੇ ਇਹ ਜਦੋਂ ਦੂਸਰੀ ਦਫਾ ਇਹ ਸੈੱਟ ਆਇਆ ਨਾ ਇਹੀ ਇਹਨੇ ਕੰਮ ਕੀਤਾ ਕਿ ਇਸ ক্লোਜ਼ ਦਾ ਘਰ ਇਥੇ ਨੇ ਓਪਨ ਲਾਇਆ ਹੈ ਔਰ ਸੈਂਟਰ ਦਾ ਘਰ ਫਿਰ ਇਹਨੇ ক্লোਜ਼ ਲਾਇਆ ਹੈ ਔਰ ਦੋ ਦਫਾ ਇਹਨੇ ਇੰਜ ਕੀਤਾ ਹੈ ਔਰ ਕੀਤਾ ਕਿੰਦੇ ਵਾਲੇ ਨਾਲ ਹੈ 94 ਦੇ ਵਾਲੇ ਨਾਲ ਅੱਜ ਵੀ ਭਾਈ ਮੇਰੇ 94 ਲੱਗਿਆ ਖੜਾ ਹੈ ਨਾ ਤੇ ਇਨਸ਼ਾਅੱਲਾਹ ਅੱਲਾ ਨੇ ਚਾਇਆ ਤੇ ਇਹ 2 ਦਾ ਘਰ ਸਾਥ ਇਥੇ ਓਪਨ ਲੱਗੇਗਾ ਇਹ 4 ਦਾ ਘਰ ਨੋ ਇਥੇ ਕਲੋਜ਼ ਲੱਗੇਗਾ ਔਰ ਕਾਫੀ ਰੂਟੀਨਾ ਨੇ ਕਿ ਇਹ 24 ਦੇ ਹਵਾਲੇ ਨਾਲ ਨਾ ਭਾਈ ਮੇਰੇ ਜਾਂ ਤਾਂ ਸੈਮੀ ਆਕੜਾ ਲੱਗੇਗਾ ਇੱਕੋ ਫੈਮਿਲੀ ਚ ਆਕੜਾ ਲੱਗੇਗਾ ਤੇ ਜਾਂ ਜੁੱਟ ਕਲੀ ਚ ਜੁੱਟ ਜਾਂ ਜੋੜਛਦੋਵੇਂ ਫਿੰਗਰ ਲੱਗਣਗੇ ਸ਼ਹਿਰ ਜਦੋਂ ਇਹ ਦੁਬਾਰਾ ਆਵੇਗਾ ਵੀ ਦੋਵੇਂ ਕਲੀਆਂ ਲੱਗਣਗੀਆਂ ਜਾਂ ਦੋਵੇਂ ਜੁੱਟ ਲੱਗਣਗੇ ਤੇ ਯਾ ਇੱਕੋ ਫੈਮਿਲੀ ਦਾ ਅਕੜਾ ਲੱਗੇਗਾ ਇੰਨੀਆਂ ਸ਼ਰਤਾਂ ਨੇ ਭਾਈ ਮੇਰੇ ਔਰੇ ਲਾਂਦਾ ਆ ਰਿਹਾ ਅੱਜ ਤੱਕ ਨੇ ਬ੍ਰੇਕ ਨਹੀਂ ਦਾ ਅੱਜ ਇਹ ਗੱਲ ਕਰਦਾ ਕਿ ਇਹ ਜਿਹੜਾ 2 ਦਾ ਘਰ ਸਾਥ ਇਥੇ ਓਪਨ ਲੱਗੇ 4 ਦਾ ਘਰ 9 ਇਥੇ ਕਲੋਜ਼ ਲੱਗੇ ਐ ਸਭ ਤੋਂ ਪਹਿਲੇ ਜਦੋਂ 94 ਲੱਗਿਆ ਨਾ ਭਾਈ ਮੇਰੇ ਆਪਾਂ ਸੇਮ ਡੇਟ ਦੇਖਿਆ ਨਾ ਸੀ ਤੇ ਸੈਂਟਰ ਕੱਲਾ ਹੀ 6 ਲੱਗਣਾ ਸੀ 40 ਦੇ ਅਕੜੇ ਨਾਲ ਇੰਨੇ 46 ਦੀ ਪੈਕਟ ਲਾਈ ਦੁਬਾਰਾ ਕਿ ਜਦੋਂ ਇਹ 94 ਲੱਗਿਆ ਨਾ ਤੇ ਇਹ ਸੈੱਟ ਜਦੋਂ ਮੁਕੰਮਲ ਇਹਨੇ ਕਰਨਾ ਸੀ ਇਹਦਾ ਘਾਰੇ ਇਥੇ ਓਪਨ ਲੱਗਣਾ ਸੀ ਇਹਦਾ ਘਰ ਕਲੋਜ਼ ਲੱਗਣਾ ਸੀ ਤੇ ਸੈਂਟਰ ਉਹੋ ਹੀ ਚੇਨ ਲੱਗਣਾ ਸੀ ਔਰ ਇਹਨੇ ਭਾਈ ਮੇਰੇ 15 6 ਦੀ ਪੈਕਟ ਲਾਤੀ ਅੱਜ ਕਹਿੰਦਾ ਹੈ ਕਿ 2 ਦਾ ਘਰ ਸਾਥ ਇਥੇ ਓਪਨ ਲੱਗੇ 4 ਦਾ ਘਰ ਇਥੇ ਕਲੋਜ਼ ਲੱਗੇ ਤੇ 6 ਦਾ ਕੱਲਾ ਸੈਂਟਰ ਲੱਗੇ ਪਾਕਿਸਤਾਨੀ ਇਹ ਪਸ਼ਾਵਰ ਸ਼ਹਿਰ ਵਾਸਤੇ ਸਿੰਗਲ ਸੈਂਟਰ ਕਹਿੰਦਾ ਹੈ ਕਿ 6 ਦਾ ਹੀ ਪਲੇ ਹੋਣਾ ਚਾਹੀਦਾ ਰੂਟੀਨ ਦੇ ਮੁਤਾਬਕ ਇਹ ਸਿੰਗਲ ਪੈਕੇਟ ਹੈ ਤੇ ਤੁਹਾਨੂੰ ਪਤਾ ਹੀ ਹੈ ਭਾਈ ਮੇਰੇ ਕਿ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਨਾ ਤਾਂ ਮੈਂ ਚਾਰ ਲਿੰਕ ਦੇਣੇ ਨਾ ਮੈਂ ਚਾਰ ਟੰਡੋਲੇ ਦੇਣੇ ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਹੱਕੀ ਚੀਜ਼ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂ ਕਿ ਮੇਰੇ ਦੋਸਤਾਂ ਨੂੰ ਅੱਛੀ ਲੱਗੇ ਪਸੰਦ ਆਵੇ ਤੋ ਆਦੀ ਗੇਮ 'ਚ ਸ਼ਾਮਲ ਕਰਨ ਅਦਰਵਾਈਜ਼ ਇਹਨੂੰ ਇਗਨੋਰ ਵੀ ਕਰ ਸਕਦੇ ਹੋ ਮੇਰਾ ਕੰਮ ਸੀ ਮੈਂ ਰੁਟੀਨ ਦੇ ਮੁਤਾਬਕ ਅੱਛੇ ਸੈੱਟ ਦੇ ਮੁਤਾਬਕ ਜੋ ਚੀਜ਼ੇ ਨਿਕਲੀ ਮੈਂ ਆਪਣੇ ਦੋਸਤਾਂ ਆਪਣੇ ਭਾਈਆਂ ਦੇ ਨਾਲ ਸ਼ੇਅਰ ਕਰ ਦਿੱਤੀ ਕਿਉਂਕਿ ਇਸੇ ਤਰੀਕੇ ਦਾ ਸੈੱਟ ਹੈਗਾ ਸੀ ਤੁਹਾਨੂੰ ਪਤਾ ਹੀ ਹੈ ਭਾਈ ਮੇਰੇ ਕਿ ਦੂਸਰੇ ਹੱਥੇ ਬੈਕ ਆਕੜਾ ਪਿਆ ਸੀ ਔਰ ਉਹ ਲੱਗਿਆ ਇਨਸ਼ਾਅੱਲਾ ਅੱਲਾਹ ਪਾਕ ਨੇ ਚਾਇਆ ਤੇ ਸੈਂਟਰ ਐ ਹੀ ਪਲੇ ਹੋਵੇਗਾ ਔਰ ਅੱਛੇ ਸੈੱਟ ਦੇ ਮੁਤਾਬਕ ਓਪਨ ਵੀ ਨਿਕਲ ਰਿਹਾ ਹੈ ਔਰ ਕਲੋਜ਼ ਵੀ ਨਿਕਲ ਰਿਹਾ ਹੈ ਕਾਫੀ ਰੂਟੀਨਾ ਕੱਲੇ ਕਲੋਜ਼ ਹੀ ਹੋ ਗਏ ਨੇ ਤੇ ਤੁਹਾਡੇ ਭਾਈ ਨੇ ਵੀਡੀਓ ਨਹੀਂ ਲਾਈ ਕਿਉਂਕਿ ਇੱਕ ਚੀਜ਼ ਦੀ ਮੈਂ ਵੀਡੀਓ ਲਾਨੀ ਨਹੀਂ ਚਾਹਨਾ ਸਾ ਪਹਿਲੀਆਂ ਵੀਡੀਓ ਮੈਂ ਲਾਈਆਂ ਨੇ ਓਪਨ ਦੀਆਂ ਦੋ ਵੀਡੀਓ ਲਾਈਆਂ ਨੇ థਾਈਲੈਂਡ ਦੇ ਓਪਨ ਦੀ ਵੀ ਔਰ ਪਾਕਿਸਤਾਨੀ ਪ੍ਰਾਈਜ਼ ਬਾਂਡ ਦੀ ਵੀ ਤੇ ਇਹ ਮੈਂ ਮੇਰਾ ਮਕਸਦ ਹੈ ਕਿ ਭਾਈ ਮੇਰੇ ਕਿ ਮੈਂ ਪੈਕਟ ਜਾਂ ਆਕੜਾ ਯਾ ਪੂਰੀ ਪੀਸੀ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂ ਇਸੇ ਸੈੱਟ ਤੋਂ ਭਾਈ ਮੇਰੇ ਪੂਰੀ ਪੀਸੀ ਵੀ ਨਿਕਲ ਰਹੀ ਏ ਥੋੜਾ ਯਾ ਤਵੱਜੂ ਕਰ ਲਿਆ ਜੇ ਕਿ ਜਦੋਂ ਇਹ ਇਹ ਸੈੱਟ ਲੱਗ ਜਾਵੇ ਨਾ 94 ਲੱਗ ਜਾਵੇ ਤੇ ਅੱਗੇ ਆਪਾਂ ਥੱਲੇ ਡਰਾ ਕਰਨਾ ਹੋਵੇ ਤੇ 40 66 ਲੱਗੀ ਏ ਚੌਥਾ ਤੇ ਓਪਨ ਦੀ ਜਮਾ 1 ਲੱਗੀ ਜੇ ਚੌਥੇ ਤੇ ਓਪਨ ਦੀ ਜਦੋਂ 15 ਲੱਗੀ ਏ 15 60 ਲੱਗੀ ਏ ਇਹ ਓਪਨ ਤੇ ਚੌਥੇ ਦੀ ਜਮਾ ਉੰਦੀ ਦੀ 1 ਲੱਗੀ ਅੱਜ ਵੀ ਕਹਿੰਦਾ ਹੈ ਕਿ ਸੱਤ ਨਾਲ ਉਹ ਫਿੰਗਰ ਲਾਵੋ ਚੌਥਾ ਜਿੰਦੀ ਜਮਾ 1 ਲੱਗੇ ਇਹ ਤੁਸੀਂ ਦੇਖ ਸਕਦੇ ਹੋ ਭਾਈ ਮੇਰੇ ਇਹ ਆਪਾਂ ਸੇਮ ਡੇਟ ਤੇ ਖੇਣਾ ਸੀ ਚੌਥੇ ਦੀ ਆਪ ਓਪਨ ਤੇ ਚੌਥੇ ਦੀ ਜਮਾ 1 ਦੁਬਾਰਾ ਜਦੋਂ ਭਾਈ ਮੇਰੇ 94 ਲੱਗੀ ਸੇਮ ਡੇਟ ਤੇ ਖੇਣਾ ਸੀ ਓਪਨ ਤੇ ਚੌਥੇ ਦੀ ਜਮਾ 1 ਅੱਜ ਵੀ ਕਹਿੰਦਾ ਹੈ ਕਿ ਇੱਥੇ ਜਿਹੜਾ ਓਪਨ ਲੱਗੇਗਾ ਉਹਦੇ ਨਾਲ ਉਹ ਫਿੰਗਰ ਲਾਓ ਜਿੰਦੀ ਜਮਾ 1 ਬਣੇ ਰੂਟੀਨ ਦੇ ਮੁਤਾਬਕ ਇੱਥੇ ਤਿੰਨ ਲੱਗਦਾ ਹੈ ਮੇਰੇ ਦੋਸਤਾਂ ਨੂੰ ਸਮਝ ਆਵੇ ਤੇ ਪੀਸੀ ਵੀ ਲਵਾ ਸਕਦੇ ਹੋ ਮੈਂ ਰੂਟੀਨ ਦੇ ਮੁਤਾਬਕ ਮੇਰੇ ਕੋਲ ਅچھے ਸੈੱਟ ਦੇ ਮੁਤਾਬਕ 79 6 ਦੀ ਪੈਕੇਟ ਨਿਕਲੀਏ ਦੋਸਤਾਂ ਨੂੰ ਪਸੰਦਾ ਵੇਨਾ ਅਤਿਆਦੀ ਗੇਮ 'ਚ ਸ਼ਾਮਲ ਕਰਿਆ ਜੇ ਅਦਰਵਾਇਜ਼ ਛੋੜ ਸਕਦੇ ਹੋ ਤੁਸੀਂ ਤੁਹਾਨੂੰ ਅੱਛੀ ਨਾ ਲੱਗੇ ਤਾਂ ਤੇ ਇਹ ਦੁਬਾਰਾ ਫਿਰ ਰਿਕਵੈਸਟ ਏ ਕਿ ਜਿਹੜਾ ਦੋਸਤ ਵੀਡੀਓ ਸ਼ੇਅਰ ਕਰਨਾ ਜਾਣਦਾ ਹੈ ਨਾ ਵੀਡੀਓ ਲਾਜ਼ਮੀ ਸ਼ੇਅਰ ਕਰਿਆ ਜੇ ਗਰੁੱਪਾਂ ਦੇ ਵਿੱਚ ਤਾਂ ਕਿ ਕਾਫੀ ਕਿਸੇ ਦੋਸਤ ਕਿਸੇ ਮੇਰੇ ਭਾਈ ਦਾ ਫਾਇਦਾ ਹੋ ਜਾਵੇ ਮੈਨੂੰ ਯਕੀਨ ਏ ਕਿ ਮੇਰੇ ਕੋਲ ਅچھے ਸੈੱਟ ਨਾ ਨਿਕਲੇ ਇਹਨੂੰ ਲੱਗਣਾ ਚਾਹੀਦਾ ਹੈ ਫਸਟ ਨਾ ਲੱਗੇ ਤੇਨੂੰ ਸੈਕੰਡ ਲੱਗਣਾ ਚਾਹੀਦਾ ਹੈ ਇਹਨੂੰ ਕਿਤੇ ਨਾ ਕਿ ਇਨਸ਼ਾਅੱਲਾ ਅਗਲੀ ਵੀਡੀਓ ਬਹੁਤ ਹੀ ਜ਼ਬਰਦਸਤ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਾਂਗਾ ਅਗਲੀ ਵੀਡੀਓ ਤੱਕ ਇਜਾਜ਼ਤ ਦਿਓ ਅੱਲਾ ਹਾਫਿਜ਼